ਕਿਸਾਨ ਭਰਾਓ, ਅਸੀਂ ਅੱਜ ਫੁੱਲਾਂ ਦੇ ਖੇਤ ਵਿੱਚ ਆਏ ਹਾਂ ਤਾਂ ਇਹਨਾਂ ਵਿੱਚ ਆ ਕੇ ਬਾਬਾ ਵਾਰਿਸ ਸ਼ਾਹ ਯਾਦ ਆ ਜਾਂਦਾ ਹੈ ਕਿ ਬਾਗ ਤਿੰਨਾਂ ਦੇ ਖਿੜੇ ਨੇ ਬਹਿਸ ਦੇ ਅੰਦਰ ਜਿੰਨਾ ਕੀਤਾ ਏ ਇਸ਼ਕ ਕਬੂਲ ਮੀਆਂ। ਵਾਰਿਸ ਸ਼ਾਹ ਮੁਤਾਬਕ ਤਾਂ ਕਿਤੇ ਬਹਿਸ ਦੇ ਵਿੱਚ ਜਾ ਕੇ ਉੱਥੇ ਜਾ ਕੇ ਬਾਗ ਬਗੀਚੇ ਖਿੜਨੇ ਹੈ, ਪਰ ਜੇ ਸਾਡਾ ਇਸ਼ਕ ਖੇਤੀ ਨਾਲ ਹੋਵੇ, ਇਸ ਤਰ੍ਹਾਂ ਦੇ ਧੰਦਿਆਂ ਨਾਲ ਹੋਵੇ ਤਾਂ ਇਹ ਜਿਹੜੇ ਆਪਣੇ ਬਾਗ ਬਗੀਚੇ ਜ਼ਮੀਨ ਦੇ ਉੱਤੇ ਖੜਾਏ ਜਾ ਸਕਦੇ ਹੈ। ਸੋ ਸਾਡਾ ਸਬੱਬ ਬਣਿਆ, ਅਸੀਂ ਸਰਦਾਰ ਚਮਕੌਰ ਸਿੰਘ ਜੀ ਪੂਲੀ ਉਹਨਾਂ ਦੇ ਖੇਤ ਦੇ ਵਿੱਚ ਪਹੁੰਚੇ ਹਾਂ। ਸਤਿ ਸ਼੍ਰੀ ਅਕਾਲ ਜੀ। ਅਤੇ ਇਹਨਾਂ ਨੇ ਕਈ ਤਰ੍ਹਾਂ ਦੀ ਖੇਤੀ ਕੀਤੀ ਹੋਈ ਹੈ, ਫਿਲਹਾਲ ਅਸੀਂ ਇਹਨਾਂ ਦੀ ਫੁੱਲਾਂ ਵਾਲੀ ਖੇਤੀ ਬਾਰੇ ਗੱਲਬਾਤ ਕਰਾਂਗੇ। ਅਤੇ ਚਮਕੌਰ ਸਿੰਘ ਜੀ, ਕਦੋਂ ਤੋਂ ਕਰ ਰਹੇ ਹੋ ਤੁਸੀਂ ਇਹ ਖੇਤੀ? 2 ਸਾਲ ਹੋ ਗਏ ਸਾਨੂੰ। ਅੱਛਾ, ਪਿਛਲੇ ਸਾਲ ਵੀ ਲਾਇਆ ਸੀ? ਪਿਛਲੇ ਸਾਲ ਵੀ 2 ਵਰਾਇਟੀਆਂ ਲੱਗੀਆਂ ਸੀ, ਅੱਜ ਕੀ 4 ਵਰਾਇਟੀਆਂ। ਅੱਛਾ, ਅਤੇ ਤੁਸੀਂ ਵਰਾਇਟੀਆਂ ਵੀ ਵਧਾਈਆਂ, ਇਹਦੇ ਨਾਲ ਏਰੀਆ ਵੀ ਵਧਾਇਆ ਕੁਛ? ਹਾਂਜੀ, 4-3 ਏਕੜ ਇਸ ਟਾਈਮ ਸਾਡੇ ਕੋਲ ਫੁੱਲਾਂ ਦਾ। ਅੱਛਾ, ਪਿਛਲੀ ਵਾਰ 4 ਵਰਾਇਟੀ? ਪਿਛਲੀ ਸਾਲ 5 ਕਨਾਲਾਂ ਸੀ। ਅੱਛਾ ਅੱਛਾ, ਅਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਇਹ ਰਵਾਇਤੀ ਖੇਤੀ ਤੋਂ ਹਟ ਕੇ? ਬੇਟਾ ਆਸਟ੍ਰੇਲੀਆ ਗਿਆ ਵਾ ਸੀ, ਉਹਨੂੰ ਉੱਥੇ ਸ਼ੌਂਕ ਪੈ ਗਿਆ। ਅੱਛਾ, ਉੱਥੋਂ ਕਹਿੰਦਾ ਵੀ ਆ ਕੇ ਮੈਂ ਫੁੱਲਾਂ ਦੀ ਖੇਤੀ ਕਰਾਉਣੀ ਆ। ਅੱਛਾ, ਫੁੱਲਾਂ ਦੀ ਖੇਤੀ ਕਰਾਉਂਦੇ ਕਰਾਉਂਦੇ ਮੇਰਾ ਸਟਾਰਟ ਵੱਧ ਗਿਆ ਇਹਦੇ 'ਚ। ਅੱਛਾ, ਕਿਉਂਕਿ ਮੈਂ ਕਰਨੀ ਸੀਗੀ ਜੀ, ਮੈਂ ਵੀ ਚਾਹੁੰਦਾ ਸੀਗਾ, ਪਹਿਲਾਂ ਮੈਂ ਵੀਡੀਓ ਵਗੈਰਾ ਦੇਖਦਾ ਹੁੰਦਾ ਸੀਗਾ। ਠੀਕ ਹੈ। ਅਤੇ ਉਹਦੇ ਕਾਰਨ ਸਾਨੂੰ ਬੰਦਾ ਮਿਲ ਗਿਆ। ਅੱਛਾ, ਸੀਡ ਲਿਆ ਕੇ ਦੇਣ ਵਾਲਾ। ਅੱਛਾ, ਇਹ ਤੁਸੀਂ ਇਹ ਕਿਸੇ ਕੰਪਨੀ ਨਾਲ ਟਾਈ ਅਪ ਕੀਤਾ? ਹਾਂਜੀ, ਐਗਰੋ ਸੀਡ ਫਾਰਮ ਆ ਜੀ ਕੋਈ ਲੁਧਿਆਣੇ ਕੋਲੇ। ਅੱਛਾ ਅੱਛਾ, ਉਹਨਾਂ ਦਾ ਉੱਥੇ ਪ੍ਰੋਸੈਸ ਕਰਕੇ ਉਹ ਗਾਹਾਂ ਦਿੰਦੇ ਆ। ਅੱਛਾ, ਅਲੱਗ ਅਲੱਗ ਮੁਲਕਾਂ ਨੂੰ। ਅੱਛਾ, ਜਿਵੇਂ ਵੀ ਕੋਈ ਹੈਗਾ ਉਹਨਾਂ ਦਾ। ਅੱਛਾ, ਅਤੇ ਅਸੀਂ ਉਹਨਾਂ ਨੂੰ ਸੀਡ ਤੋੜ ਕੇ ਸੁਕਾ ਕੇ ਕੱਢ ਕੇ। ਅੱਛਾ, ਅਤੇ ਉਹਨਾਂ ਨੂੰ ਪਲਾਈ ਦੇ ਹਿਸਾਬ ਨਾਲ ਦੇ। ਅੱਛਾ, ਤੁਹਾਡਾ ਤਜਰਬਾ ਪਿਛਲੇ ਸਾਲ ਦਾ? ਕੋਈ ਪਿਛਲੇ ਸਾਲ ਦਾ ਜੀ ਬਹੁਤ ਵਧੀਆ ਰਿਹਾ। ਅੱਛਾ, ਇਹ ਕਈ ਵਰਾਇਟੀਆਂ ਆਈਆਂ, ਜਿਵੇਂ ਰੇਟ 3,000 ਤੋਂ ਲੈ ਕੇ 4,000 ਤੱਕ ਹੈਗਾ। ਅਤੇ ਤੁਸੀਂ ਫਿਰ ਹਿਸਾਬ ਕਿਤਾਬ ਕੀਤਾ ਹੋਵੇ ਦਾ ਤੁਹਾਨੂੰ ਪਿਛਲੇ ਸਾਲ ਨੂੰ ਪਿਛਲੇ ਸਾਲ ਜਿਹੜਾ ਰਿਜ਼ਲਟ ਕੱਢਿਆ ਜੀ ਅਸੀਂ, ਸਾਨੂੰ ਪੂਰਾ ਬੈਨੀਫਿਟ ਹੋਇਆ ਵਧੀਆ ਕਣਕ ਨੂੰ। ਅੱਛਾ, ਕਣਕ ਦੀ ਖੇਤੀ ਆ ਇਹ ਨਾਲ ਦੀ। ਹਾਂ ਹਾਂ, ਅਤੇ ਕਣਕ ਨੂੰ ਪੂਰਾ ਬੈਨੀਫਿਟ ਹੋਇਆ। ਅੱਛਾ, ਦੱਸਣਾ ਚਾਹੋਗੇ ਕਿਸਾਨ ਭਰਾਵਾਂ ਨੂੰ ਵੀ ਕਿੰਨਾ ਕੁਛ ਕੱਢਿਆ ਇਹ ਜੀ? 10,000 ਤੋਂ ਲੈ ਕੇ 15,000 ਤੱਕ ਕਨਾਲ ਦਾ ਮਤਲਬ ਕਿ ਆਪਾਂ ਨੂੰ ਪੇਮੈਂਟ ਦੇ ਖਰਚੇ ਕੱਢ ਕੇ ਜੀ। ਅੱਛਾ ਅੱਛਾ, ਖਰਚਾ ਤਾਂ ਇੱਥੇ ਬਿਲਕੁਲ ਹੀ ਨਹੀਂ ਜੀ, ਬਸ ਨੋਰਮਲ ਪਾਣੀ ਖਾਲੀਆਂ 'ਚ ਲਾਉਣਾ ਹੈਗਾ। ਅੱਛਾ, ਅਤੇ ਖਾਦ ਵੀ ਨੋਰਮਲ ਆ ਜੀ। ਅੱਛਾ ਅੱਛਾ, ਕੋਈ ਜ਼ਿਆਦਾ ਖਾਦ ਨਹੀਂ, ਸਪਰੇਅ ਦਾ ਇੱਕ ਅੱਧੀ ਆ ਇਹਨਾਂ ਦਿਨਾਂ ਜਾ ਕੇ, ਕੋਈ ਮੌਸਮ ਜ਼ਿਆਦਾ ਚੇਂਜ ਹੁੰਦਾ, ਠੀਕ ਅਟੈਕ ਆਉਂਦਾ ਤੇਲੇ ਵਗੈਰਾ ਕੋਈ ਸੁੰਡੀ ਦਾ। ਠੀਕ ਹੈ। ਅਤੇ ਆ ਤੁਸੀਂ ਇਹ ਡੇ ਲਾਈ ਹੋਈ ਹੈ ਆਪਣੀ ਡਾਈਐਨਸਿਸ ਲਾਈ ਹੋਈ ਹੈ, ਆ ਇੱਧਰਲੇ ਪਾਸੇ ਵੀ ਆਪਾਂ ਕਿਸਾਨ ਭਰਾ ਤੁਹਾਨੂੰ ਵਿਖਾਉਂਦੇ ਹਾਂ ਕਿ ਇਹ ਨੈਸਟੀਸ਼ੀਅਮ ਲੱਗਿਆ ਹੋਇਆ ਹੈ। ਅਤੇ ਇਹ ਲੇਬਰ ਵਗੈਰਾ ਮਿਲ ਜਾਂਦੀ ਹੈ? ਹਾਂਜੀ, ਵਧੀਆ ਜੀ ਵਧੀਆ। ਅੱਛਾ, ਆਪਦੇ ਸਾਡੇ ਕਨੈਕਟ 'ਚ ਜਿਹੜੇ ਬੰਦੇ ਆ ਜੀ ਲੇਬਰ ਕਰਨਾ ਚਾਹੁੰਦੇ ਆ ਸਹੀ ਤਰੀਕੇ ਨਾਲ, ਉਹੀ ਬੰਦੇ ਇਹਨਾਂ 'ਚ ਯੂਜ ਕਰਦੇ ਹਾਂ ਅਸੀਂ। ਐਂ ਨਹੀਂ ਵੀ ਮਤਲਬ ਕਿ ਜਿਹਨੂੰ ਪਤਾ ਹੀ ਨਹੀਂ ਫੁੱਲਾਂ ਬਾਰੇ ਉਹ ਆ ਕੇ ਇੱਥੇ ਉਹ ਹੋਵੇ। ਅਤੇ ਇੱਕ ਸਮੱਸਿਆ ਹੁੰਦੀ ਹੈ ਵੀ ਅਸੀਂ ਇੱਥੇ ਕੁਛ ਮਰਜ਼ੀ ਉਗਾ ਲਓ, ਅਸੀਂ ਉਗਾ ਸਕਦੇ ਹਾਂ,
ਸਾਨੂੰ ਜੇ ਸਮੱਸਿਆਵਾਂ ਆਉਂਦੀਆਂ ਤਾਂ ਮਾਰਕੀਟਿੰਗ ਦੀਆਂ ਸਮੱਸਿਆ ਆਉਂਦੀਆਂ, ਤੁਹਾਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਤਾਂ ਨਹੀਂ ਆਉਂਦੀ ਕਿ ਤੁਸੀਂ ਕਿੱਥੇ ਵੇਚਦੇ ਹੋ ਜਾਂ ਇੱਥੋਂ ਲੈ ਜਾਂਦੇ ਹੋ? ਨਹੀਂ ਜੀ ਨਹੀਂ, ਇੱਥੇ ਦੋ ਵਰਾਇਟੀਆਂ ਮੈਂ ਤਿਆਰ ਕਰੀਆਂ ਸੀ ਪਿਛਲੇ ਸਾਲ। ਅੱਛਾ। ਦੋਨੇ ਵਰਾਇਟੀਆਂ ਮੈਂ ਸੁਕਾ ਕੇ ਪੈਕਿੰਗ ਕਰਕੇ ਤਲਾ ਕੇ ਉਹਨਾਂ ਨੂੰ ਦੇ ਦਿੱਤੀਆਂ। ਅੱਛਾ। ਉਹਨਾਂ ਨੇ ਉਦੋਂ ਬਾਅਦ ਉੱਥੇ ਜਾ ਕੇ ਆਪਦੀ ਮਸ਼ੀਨ ਨਾਲ ਸਾਫ਼ ਕਰੀਆਂ। ਅੱਛਾ। ਉਹਦੀ ਉੱਗਰ ਸ਼ਕਤੀ ਦੇਖੀ ਉਹ ਮਸ਼ੀਨ 'ਚ ਪਾ ਕੇ, ਉਹਨਾਂ ਨੇ ਸਾਰਾ ਕੁਛ ਸੈੱਟ ਕਰਕੇ ਮੈਨੂੰ ਪੇਮੈਂਟ ਅਕਾਊਂਟ 'ਚ ਪਾ ਦਿੱਤੀ। ਅਤੇ ਹੁਣ ਤੁਸੀਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਸਾਡੇ ਪੰਜਾਬ ਦਾ ਰੁਝਾਨ ਇਹ ਵੀ ਹੈਗਾ ਵੀ ਬੱਚੇ ਜਾ ਰਹੇ ਆ ਬਾਹਰ ਜਾ ਰਹੇ ਆ, ਤੁਸੀਂ ਦੱਸਿਆ ਵੀ ਤੁਹਾਡਾ ਬੱਚਾ ਆਸਟ੍ਰੇਲੀਆ। ਮੇਰਾ ਬੇਟਾ ਤਾਂ ਜੀ ਆਸਟ੍ਰੇਲੀਆ ਗਿਆ ਵਾ ਸੀ। ਅੱਛਾ। ਉਹਨੇ ਆ ਕੇ ਇੱਥੇ ਕੰਮ ਸ਼ੁਰੂ ਕਰਾਇਆ ਪਿਛਲੇ 22 'ਚ। ਅੱਛਾ। ਅਤੇ ਹੁਣ ਬੇਟਾ ਆਸਟ੍ਰੇਲੀਆ ਜੀ ਉਹ PR ਹੋ ਕੇ ਆ ਰਿਹਾ ਇੱਥੇ। ਅੱਛਾ। ਇੱਥੇ ਆ ਕੇ ਉਹਨੇ ਸਾਰਾ ਕੰਮ ਇਹੀ ਕਰਨਾ ਜੀ ਖੇਤੀ। ਠੀਕ ਹੈ ਠੀਕ ਹੈ। ਉਹ ਕਹਿੰਦਾ ਮੈਂ ਉੱਥੇ ਨਹੀਂ ਰਹਿਣਾ ਚਾਹੁੰਦਾ। ਠੀਕ ਹੈ। ਅਤੇ ਅਖੀਰ ਦੇ ਵਿੱਚ ਤੁਸੀਂ ਸਾਡੇ ਜਿਹੜੇ ਮਤਲਬ ਕਿਸਾਨ ਭਰਾ ਰੁਚਿਤ ਹੋ ਕੇ ਇਸ ਤਰ੍ਹਾਂ ਦੀ ਖੇਤੀ ਕਰਨੀ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਕੀ ਸੁਝਾਅ ਦਿਓਗੇ ਵੀ ਥੋੜ੍ਹੇ ਲੈਵਲ ਤੇ ਕਰਨ ਜਾਂ ਕਿਸ ਤਰੀਕੇ ਨਾਲ ਕਰਨ ਜਾਂ ਉਹਦੀ ਗਾਈਡੈਂਸ ਪਹਿਲਾਂ ਲੈਣ? ਹਾਂਜੀ, ਇਹਦਾ ਪਤਾ ਕੀ ਹੈ ਜੀ, ਪਹਿਲਾਂ ਹਰ ਇੱਕ ਬੰਦੇ ਨੂੰ ਇਹ ਹੋਣਾ ਚਾਹੀਦਾ ਵੀ ਮੈਂ ਟ੍ਰਾਇਲ ਲਾ ਕੇ ਆਪਦੀ ਖੇਤ 'ਚ ਕਰਕੇ ਦੇਖਾਂ। ਠੀਕ ਹੈ। ਉਹ ਆਪਦਾ ਐਸਟੀਮੇਟ ਕੱਢੇ ਵੀ ਮੈਨੂੰ ਕੁਛ ਬੱਚਤ ਹੋਈ ਆ। ਠੀਕ ਹੈ। ਫਿਰ ਜਾ ਕੇ ਉਹ ਕੰਮ ਕਰੇ। ਬਹੁਤ ਵਧੀਆ ਕੰਮ ਹੈ ਜੀ, ਕਿਤੇ ਲੱਗਦਾ ਹਰ ਇੱਕ ਬੰਦਾ, ਨਾਲ ਲੇਬਰ ਦੇ ਘੱਟ ਤੋਂ ਘੱਟ 10 ਬੰਦਿਆਂ ਨੂੰ ਮੇਰਾ ਕੰਮ। ਦੂਜੇ ਪਾਸੇ ਇਹ ਵੀ ਗੱਲ ਹੈਗੀ ਨਾ ਵੀ ਹਰ ਬੰਦਾ ਇੰਨੀ ਤੁਹਾਡੇ ਜਿੰਨੀ ਕਾਬਲੀਅਤ ਨਹੀਂ ਰੱਖਦਾ, ਇਸ ਕਰਕੇ ਮਤਲਬ ਚਾਹੀਦਾ ਤੁਹਾਡੇ ਕੋਲੇ ਜਾਂ ਜਿੱਥੇ ਕਿਤੇ ਪਹਿਲਾਂ ਖੇਤੀ ਹੋ ਰਹੀ ਆ ਉਤੋਂ ਟ੍ਰੇਨਿੰਗ ਲੈ ਕੇ ਤਜਰਬੇ ਲੈਣੇ ਚਾਹੀਦੇ। ਉਹ ਤਜਰਬੇ ਜ਼ਰੂਰ ਦੱਸਾਂਗੇ ਜੀ, ਜਿਹੜਾ ਵੀ ਕਰਨਾ ਚਾਹੁੰਦਾ। ਠੀਕ ਹੈ ਜੀ। ਉਹਨਾਂ ਨੂੰ ਡਰੈਸ ਵੀ ਦੇਵਾਂਗੇ ਆਪਾਂ ਵੀ, ਜਿੱਥੋਂ ਕੋਈ ਸੀਡ ਲਿਆਉਣਾ ਚਾਹੇ ਕੋਈ ਮਤਲਬ ਕਿ ਪਨੀਰੀ ਲਿਆਉਣੀ ਆ ਲਿਆ ਸਕਦਾ, ਉਹ ਕਰ ਸਕਦਾ। 3 ਏਕੜ ਫੁੱਲਾਂ ਦੇ ਲਾਏ ਆ, 28,000 ਰੁਪਇਆ ਸਬਸਿਡੀ ਸਾਨੂੰ ਉਹਦੇ ਤੋਂ ਆ ਗਈ। ਅੱਛਾ। ਸੋ ਬਹੁਤ ਹੀ ਚੰਗਾ ਲੱਗਿਆ ਤੁਹਾਡੇ ਫੁੱਲਾਂ ਨੂੰ ਵੇਖ ਕੇ, ਤੁਹਾਡੇ ਨਾਲ ਮੁਲਾਕਾਤ ਕਰਕੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।